ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਇੱਕ ਪਾਸੇ ਕਰੋਨਾ ਨਾਮਕ ਮਹਾਮਾਰੀ ਨੇ ਕੋਹਰਾਮ ਮਚਾ ਕੇ ਰੱਖਿਆ ਹੋਇਆ ਹੈ, ਜਦਕਿ ਫਗਵਾੜਾ ਵਿਖੇ ਚੋਰਾਂ ਨੂੰ ਨਾ ਤਾਂ ਕਰੋਨਾ ਦਾ ਡਰ ਹੈ ਤੇ ਨਾ ਹੀ ਪੁਲਿਸ ਦਾ, ਕਿਉਂਕਿ ਚੋਰ ਵਾਰਦਾਤਾਂ ਨੂੰ ਅੰਜਾਮ ਪਹਿਲਾਂ ਵਾਂਗ ਹੀ ਦੇ ਰਹੇ ਹਨ। ਤਾਜ਼ੇ ਮਾਮਲੇ ਵਿੱਚ ਫਗਵਾੜਾ ਦੇ ਤਾਰੂ ਕੇ ਬਾਗ 'ਚ ਇੱਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਰ ਘਰ 'ਚੋਂ ਬਰਤਨ ਅਤੇ ਗੈਸ ਸਿਲੰਡਰ ਚੋਰੀ ਕਰਕੇ ਲੈ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਕਾਨ ਮਾਲਕ ਨੇ ਦੱਸਿਆ ਹੈ ਕਿ ਉਹ ਵੈਸੇ ਤਾਂ ਪਿੰਡ ਕੋਟ ਗਰੇਵਾਲ ਦੇ ਰਹਿਣ ਵਾਲੇ ਹਨ ਅਤੇ ਮਹੀਨੇ ਵਿੱਚ ਕੁਝ ਸਮਾਂ ਹੀ ਇੱਥੇ ਆਉਂਦੇ ਨੇ, ਜਿਸ ਦਾ ਫਾਇਦਾ ਉਠਾਉਂਦੇ ਹੋਏ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮੈਂ ਰਤਨ ਚੰਦ ਜੀ, ਸਨ ਆਫ ਕਿਰੀ ਚੰਦ ਜੀ, ਹਾਲ ਜਿਹੜਾ ਗ੍ਰੀਨ ਮਾਡਲ ਟਾਊਨ ਫਗਵਾੜਾ ਤਾਰੂਕਾ ਵੜ ਦਾ ਮਕਾਨ ਹੈ ਮੇਰਾ ਜੀ, ਅਤੇ ਰਾਤ ਜਿਹੜੀ ਆ ਇੱਥੇ ਚੋਰੀ ਹੋ ਗਈ ਆ। ਚੋਰੀ ਲੈ ਕੇ ਮੈਂ ਕੰਪਲੇਂਟ ਕੀਤੀ ਜੀ, ਐਸ ਆਈ ਸਾਹਿਬ ਆਏ ਸੀਗੇ ਸਰਦਾਰ ਰਣਜੀਤ ਸਿੰਘ ਜੀ, ਉਹਨਾਂ ਤਫਸੀਸ ਕੀਤੀ ਆ ਅਤੇ ਮੇਰੇ ਕੁਝ ਭਾਂਡੇ ਜਿਹੜੇ ਘਰੇਲੂ ਵਰਤੋਂ ਦੇ ਸੀ ਅਤੇ ਨਾਲੇ ਗੈਸ ਸਿਲੰਡਰ ਜਿਹੜਾ ਚੋਰ ਲੈ ਗਿਆ, ਅਤੇ ਸ਼ੱਕ ਕੀਤਾ ਜਾਂਦਾ ਕਿ ਪਿਛਵਾੜੇ ਦੀ ਜਿਹੜੀ ਪੌੜੀ ਲਾ ਕੇ ਉਹਨੇ ਅੰਦਰ ਪ੍ਰਵੇਸ਼ ਕੀਤਾ ਗ੍ਰੈਲ ਦੇ ਰਾਹੀਂ। ਸਰ ਤੁਸੀਂ ਇੱਥੇ ਮੌਜੂਦ ਸੀਗੇ ਜਾਂ ਕਿਤੇ ਆਊਟ ਆਫ ਸਟੇਸ਼ਨ ਸੀਗੇ? ਸਰ ਮੇਰਾ ਜਿਹੜਾ ਰੈਜੀਡੈਂਸ ਹੈ, ਪੱਕਾ ਰੈਜੀਡੈਂਸ ਮੇਰਾ ਬੀ ਪੀ ਓ ਕੋਟ ਗਰੇਵਾਲ ਤਹਿਸੀਲ ਫਲੌਰ ਡਿਸਟ੍ਰਿਕਟ ਜਲੰਧਰ ਆ। ਇੱਥੇ ਮਕਾਨ ਜਿਹੜਾ ਇਨਕੰਪਲੀਟ ਹੋਣ ਕਰਕੇ ਅਸੀਂ ਕਦੇ ਕਦਾਈ ਜਿਹੜਾ ਦੋ ਚਾਰ ਰਾਤਾਂ ਹਫ਼ਤੇ ਦੇ ਵਿੱਚ ਅਸੀਂ ਰਹਿ ਜਾਈਏ, ਉਹ ਤੋਂ ਬਾਅਦ ਅਸੀਂ ਆਪਣੇ ਪਿੰਡ ਜਿਹੜਾ ਪੱਕੇ ਵਸਨੀਕ ਉੱਥੇ ਰਹੇ। ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਵਿੱਚ ਜੁਟ ਗਈ ਹੈ। ਐਸ ਆਈ ਰਣਜੀਤ ਸਿੰਘ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਜਲਦੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਰਤਨ ਚੰਦ ਸਨ ਆਫ ਕੀਰ ਚੰਦ ਦੀ ਐਪਲੀਕੇਸ਼ਨ ਤੇ ਤਾਰੂਕੇ ਵਾਲੇ ਨੀਅਰ ਖਾਟੂਸ਼ਾ ਮੰਦਰ ਆ ਕੇ ਦੇਖਿਆ ਕਿ ਛੱਤ ਦੇ ਜਿਹੜਾ ਆਪਾਂ ਹਵਾ ਅਤੇ ਧੁੱਪ ਵਾਸਤੇ ਰੱਖਿਆ ਹੁੰਦਾ ਜੰਗਲਾ, ਉਹਦੇ ਰਾਹੀਂ ਚੋਰਾਂ ਨੇ ਪ੍ਰਵੇਸ਼ ਕੀਤਾ ਅਤੇ ਘਰ ਦੇ ਵਿੱਚੋਂ ਇੱਕ ਸਿਲੰਡਰ ਅਤੇ ਕੁਝ ਭਾਂਡੇ ਜਿਹੜੇ ਆ ਉਹ ਉਠਾ ਕੇ ਲੈ ਗਏ ਆ। ਉਹਦੀ ਤਫਤੀਸ਼ ਕਰ ਰਹੇ ਹਾਂ, ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।